ਥਾਣੇ ਦਾ ਸਭ ਤੋਂ ਗਰੀਬ ਪਰਿਵਾਰ ਹੈ ਜੀ ਵੀਰ। ਇਹਨਾਂ ਕੋਲ ਕੋਈ ਥਾਂ ਨਹੀਂ ਘਰ ਵਾਸਤੇ ਰਹਿਣ ਵਾਸਤੇ, ਸੈਂਟਰ ਗੌਰਮੈਂਟ ਨੇ ਜਗ੍ਹਾ ਪੱਟ ਦਿੱਤੀ ਸੀ ਜੀ, ਇੱਥੇ ਇਹਨਾਂ ਘਰ ਮਕਾਨ ਬਣਾਏ ਹੋਏ ਸੀ ਉਹ ਉਹਨਾਂ ਨੇ ਪੱਟ ਦਿੱਤੇ ਨੇ, ਅਤੇ ਇਹ ਗਰੀਬ ਪਰਿਵਾਰ ਸੜਕ 'ਤੇ ਹੈਗਾ ਇਸ ਟਾਈਮ। ਅਤੇ ਇਹ ਸੜਕ 'ਤੇ ਬਹਿ ਕੇ ਨਿੱਕੇ ਨਿੱਕੇ ਬਾਲ ਨੇ, ਗੁੱਡੀਆਂ ਦੇ ਕੋਲੇ ਗਈ 3 ਬਾਲ ਹੋ ਰਹੇ ਹੈ, ਉਹ ਮੰਗਣ ਮੁੰਗਣ ਗਏ ਹੋਏ ਨੇ, ਅਤੇ ਇਹ ਪਰਿਵਾਰ ਸੜਕ 'ਤੇ ਹੀ ਰਹਿ ਕੇ ਰਾਤ ਗੁਜ਼ਾਰਦਾ ਹੈ, ਮੱਛਰ ਜਿਵੇਂ ਵੀ ਗੁਜ਼ਾਰੇ। ਆਹ ਇਹਨਾਂ ਦੇ ਘਰ ਦੇ ਇੱਟਾਂ ਵਿਖਾਉਂਦੇ ਆ, ਅਤੇ ਇਹਦਾ ਜਿਹੜਾ ਘਰ ਵਾਲਾ ਹੈ ਉਹ ਦਾਰੂ ਪੀਂਦਾ ਹੈ ਅਤੇ ਉਹਦੀ ਬਾਂਹ ਵੱਡੀ ਹੋਈ ਹੈ, ਉਹ ਆਪ ਦਾ ਹੀ ਦਾਰੂ ਪੀ ਗੁਜ਼ਾਰਾ ਕਰ ਦਿੰਦਾ ਹੈ। ਆਹ ਇਹਨਾਂ ਦਾ ਚੁੱਲ੍ਹਾ ਵੇਖ ਲਓ ਜੀ, ਆਹ ਚੁੱਲ੍ਹਾ ਸੜਕ ਦੇ ਉੱਤੇ ਹੈ ਅਤੇ ਇਹਨਾਂ ਦੇ ਨਾਲ ਰੁੱਖ ਦੇ ਨਾਲ ਚੁੱਲ੍ਹਾ ਬਣਾਇਆ ਹੈ, ਕਦੀ ਰੋਟੀ ਪੱਕਦੀ ਕਦੀ ਨਹੀਂ ਪੱਕਦੀ, ਆਟਾ ਮੰਗ ਮੁੰਗ ਕੇ। ਆਹ ਦੇਖੋ ਜੀ ਇਹਨਾਂ ਦੀਆਂ ਆਹ ਇੱਟਾਂ ਨੇਗੀਆਂ ਜਿਹੜੇ ਕੋਠੇ ਪੱਟੇ ਗਏ ਸੀ, ਇੱਟਾਂ ਵੀ ਇਹਦੀਆਂ ਖੁਰਗੀਆਂ ਇਹਦੀਆਂ ਪਈਆਂ ਹੈਗੀਆਂ, ਇਹਦੇ ਕੋਈ ਚਾਕ ਲੈ ਗਏ ਨੇ। ਆਹ ਵੇਖੋ ਜੀ ਇਹ ਸ਼ਮਸ਼ਾਨ ਘਾਟ ਦੇ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਹਨ, ਤੇ ਸੜਕ ਦੇ ਨਾਲ ਹੀ ਰਹਿੰਦੇ ਹਨ ਸ਼ਮਸ਼ਾਨ ਘਾਟ ਦੇ। ਆਹ ਵੇਖੋ ਵੀਰ ਜੀ ਸ਼ਮਸ਼ਾਨ ਭੂਮੀ ਦੇ ਵਿੱਚ ਰਹਿੰਦੇ ਨੇ, ਇਹਨਾਂ ਦੇ ਕੱਪੜੇ ਪਾਏ ਪੈਣ ਸੁੱਕਣੇ ਪਰਲੀ ਸਾਈਡ, ਤੇ ਇਹਨਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ ਵੀਰ, ਜਿਹੜੇ ਵੀਰ ਵਿੱਚ ਜਿਹੜੇ ਭਰਾ ਤੱਕ ਇਹ ਵੀਡੀਓ ਪਹੁੰਚਦੀ ਹੈ, ਜਿਹੜੇ ਬੰਦੇ 'ਚ ਵੀ ਇਨਸਾਨੀਅਤ ਹੈ ਜ਼ਰੂਰ ਇਹਨੂੰ ਸ਼ੇਅਰ ਕਰੇਗਾ ਵੀਰ। ਰਿਕੁਐਸਟ ਹੈ ਛੋਟੀ ਜੀ ਵੀ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਇਹ ਵੀਡੀਓ ਨੂੰ ਮੋਦੀ ਤੱਕ ਜ਼ਰੂਰ ਪਹੁੰਚਾਓ ਵੀ ਇਹ ਆਪਾਂ ਗਰੀਬ ਪਰਿਵਾਰ ਦੀ ਮਦਦ ਕਰ ਸਕੀਏ, ਜਿੰਨੀ ਕੁ ਮੈਂ ਮਦਦ ਕਰ ਰਿਹਾ ਉਨੀ ਕੁ ਤੁਸੀਂ ਵੀ ਕਰੋ ਵੀਰ।